ਜੇ ਇੰਨਾ ਸੌਖਾ ਹੁੰਦਾ ਤਾਂ ਹਰ ਕੋਈ ਕਰ ਲੈਂਦਾ। ਆਪਾਂ ਹੁਣ ਬਿਜ਼ਨਸ ਕਰ ਰਹੇ ਹਾਂ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਨਾ, ਆਪਣਾ ਮਨ ਸਮਝਾਉਣ ਵਾਸਤੇ ਮੈਂ ਆਪਣੇ ਆਪ ਨੂੰ ਇੱਕੋ ਚੀਜ਼ ਕਹਿੰਦਾ ਵੀ ਯਾਰ ਜੇ ਇੰਨਾ ਸੌਖਾ ਹੁੰਦਾ ਨਾ ਬਿਜ਼ਨਸ ਖੜਾ ਕਰਨਾ, ਅਮੀਰ ਬਣਨਾ, ਪੈਸਾ ਕਮਾਉਣਾ, ਹੋਰ ਚੀਜ਼ਾਂ ਕਰਨੀਆਂ, ਤਾਂ ਹਰ ਕੋਈ ਕਰ ਲੈਂਦਾ। ਹਰ ਕੋਈ ਨਹੀਂ ਕਰ ਸਕਦਾ ਹੈਗਾ ਕਿਉਂਕਿ ਔਖਾ, ਠੀਕ ਹੈ ਨਾ। ਜ਼ਿੰਦਗੀ ਵਧੀਆ ਬਣਾਉਣੀ ਬਹੁਤ ਔਖਾ ਕੰਮ ਆ। ਜ਼ਿੰਦਗੀ ਨੂੰ ਚੇਂਜ ਕਰਨਾ, ਜ਼ਿੰਦਗੀ ਨੂੰ ਬਦਲਣਾ ਸੌਖਾ ਨਹੀਂ ਹੈਗਾ, ਔਖਾ। ਇਹ ਆਪਣੇ ਡਿਸੀਜਨ 'ਤੇ ਡਿਪੈਂਡ ਕਰਦਾ ਯਾਰ। ਜੇ ਸੌਖੇ ਡਿਸੀਜਨ ਲਵਾਂਗੇ ਤਾਂ ਇੱਕ ਔਖੀ ਜ਼ਿੰਦਗੀ ਮਿਲੇਗੀ, ਔਖੇ ਡਿਸੀਜਨ ਲਵਾਂਗੇ, ਹਾਰਡ ਚੋਇਸਿਸ, ਇੱਕ ਈਜ਼ੀ ਜ਼ਿੰਦਗੀ ਮਿਲੇਗੀ। ਈਜ਼ੀ ਤਾਂ ਨਹੀਂ ਕਹਿ ਸਕਦੇ, ਵਧੀਆ ਜ਼ਿੰਦਗੀ ਮਿਲੇਗੀ। ਅਤੇ ਆਪਾਂ ਚੂਜ਼ ਕਰਨਾ ਵੀ ਆਪਾਂ ਨੂੰ ਕਹੀ ਜੀ ਚਾਹੀਦੀ ਆ, ਠੀਕ ਆ। ਤੁਸੀਂ ਆਪਣੀ ਜੇ ਬੋਡੀ ਬਣਾਉਣੀ ਆ ਨਾ, ਬਹੁਤ ਔਖੀ ਬਣੂਗੀ, ਠੀਕ ਆ। ਕਿਉਂਕਿ ਨਾ ਕਹਿਣਾ ਪੈਂਦਾ, ਫਾਸਟ ਫੂਡ ਨੂੰ ਨਾ ਕਹਿਣਾ ਪੈਂਦਾ, ਜ਼ਿਆਦਾ ਮਿੱਠੇ ਨੂੰ ਨਾ ਕਹਿਣਾ ਪੈਂਦਾ, ਹੋਰ ਚੀਜ਼ਾਂ ਨੂੰ ਨਾ ਕਹਿਣਾ ਪੈਂਦਾ। ਇੰਨਾ ਸੌਖਾ ਨਹੀਂ ਹੈਗਾ ਯਾਰ। ਜ਼ਿੰਦਗੀ ਨਾ ਹਰ ਬੰਦੇ ਦੀ ਖਾਸ ਨਹੀਂ ਹੋ ਸਕਦੀ ਹੈਗੀ, ਕਿਉਂਕਿ ਖਾਸ ਬਣਾਉਣ ਵਾਸਤੇ ਜ਼ਿੰਦਗੀ ਨੂੰ ਬਹੁਤ ਜ਼ੋਰ ਲਾਉਣਾ ਪੈਂਦਾ, ਬਹੁਤ ਔਖੀ ਬਣਦੀ ਹੈ, ਠੀਕ ਆ। ਅਤੇ ਆਮ ਜ਼ਿੰਦਗੀ ਜੇ ਆਪਾਂ ਨੂੰ ਨਹੀਂ ਚਾਹੀਦੀ ਹੈਗੀ, ਫਿਰ ਔਖੇ ਡਿਸੀਜਨ ਲੈਣੇ ਪੈਣੇ ਨੇ ਜ਼ਿੰਦਗੀ 'ਚ, ਔਖੇ ਕੰਮ ਕਰਨੇ ਪੈਣੇ ਨੇ ਜ਼ਿੰਦਗੀ 'ਚ, ਤਾਂ ਹੀ ਯਾਰ ਆਪਾਂ ਉੱਥੇ ਤੱਕ ਪਹੁੰਚਾਂਗੇ। ਹੁਣ ਬਿਨਾਂ ਮਿਹਨਤ ਕੀਤੇ ਨਾ ਸਿਰਫ ਸੁਪਨੇ ਰੱਖਣ ਨਾਲ ਬੰਦਾ ਦੁਖੀ ਹੁੰਦਾ, ਠੀਕ ਹੈ ਨਾ। ਤੁਸੀਂ ਜ਼ਿੰਦਗੀ 'ਚ ਦੋ ਤਰੀਕੇ ਨਾਲ ਖੁਸ਼ ਹੋ ਸਕਦੇ ਹੋ, ਜਾਂ ਤਾਂ ਜੇ ਜੀ ਤੁਹਾਡੀ ਜ਼ਿੰਦਗੀ ਉਹਨੂੰ ਅਸੈਪਟ ਕਰ ਲਓ, ਜੇ ਅਸੈਪਟ ਨਹੀਂ ਕਰ ਸਕਦੇ ਹੈਗੇ ਫਿਰ ਉਹਨੂੰ ਚੇਂਜ ਕਰਨ ਵਾਸਤੇ ਕੰਮ ਕਰੋ, ਅਤੇ ਚੇਂਜ ਕਰਨ ਵਾਸਤੇ ਔਖੇ ਕੰਮ ਕਰਨੇ ਪੈਣੇ ਨੇ। ਹੁਣ ਮੈਨੂੰ ਮੇਰੀ ਫਿਜ਼ੀਕ ਬਹੁਤ ਸੋਹਣੀ ਚਾਹੀਦੀ, ਮੈਨੂੰ ਐਬਸ ਵਗੈਰਾ ਚਾਹੀਦੇ ਨੇ, ਹੋਰ ਚਾਹੀਦੇ ਨੇ, ਠੀਕ ਆ। ਤਾਂ ਹੁਣ ਮੈਨੂੰ ਫਾਸਟ ਫੂਡ ਬੰਦ ਕੀਤਾ ਹੋਇਆ, ਮੈਂ ਮਿੱਠਾ ਬੰਦ ਕੀਤਾ ਮੈਂ ਹੋਇਆ, ਮੈਂ ਘਰ ਦੀ ਰੋਟੀ ਖਾਂਦਾ, ਪ੍ਰੋਟੀਨ ਵਗੈਰਾ ਇਨਟੇਕ ਪੂਰਾ ਲੈਂਦਾ, ਕੈਲਰੀ ਡੈਫੀਸਿਟ 'ਚ, ਠੀਕ ਆ। ਹੁਣ ਤੁਹਾਨੂੰ ਮੈਂ ਦੱਸਦਾ, ਕੱਲ੍ਹ ਪਰਸੋਂ ਨਾ ਆਪਣੀ ਦੁਕਾਨ ਤੋਂ ਗੁਲਾਬ ਜਾਮਣ ਅਤੇ ਰਸਗੁੱਲੇ ਆਏ ਸੀਗੇ, ਬਣਾਉਣੇ ਆਪਾਂ ਹੁਣ ਸਟਾਰਟ ਕੀਤੇ ਨੇ। ਅਤੇ ਮੇਰਾ 10 ਵਾਰ ਜੀ ਕੀਤਾ ਵੀ ਮੈਂ ਚੱਕ ਕੇ ਖਾ ਲਾਂ, ਠੀਕ ਆ, ਬਟ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ, ਠੀਕ ਆ। ਹਾਰਡ ਚੋਇਸ ਸੀਗੀ, ਬਹੁਤ ਹਾਰਡ ਚੋਇਸ ਸੀਗੀ। ਜ਼ਿੰਦਗੀ ਆਪਾਂ ਨੂੰ ਮਤਲਬ ਲਾਲਚ ਦਊਗੀ, ਠੀਕ ਆ, ਪੈਰ ਪੈਰ 'ਤੇ ਲਾਲਚ ਦਊਗੀ, ਬਟ ਉਹ ਲਾਲਚ ਆਪਾਂ ਲੈਣਾ ਜਾਂ ਨਹੀਂ ਲੈਣਾ ਉਹ ਆਪਣੇ ਹੱਥ 'ਚ ਆ। ਆਪਾਂ ਕਹੀ ਜਿਹੀ ਜ਼ਿੰਦਗੀ ਚਾਹੀਦੀ ਆ, ਹਮੇਸ਼ਾ ਯਾਦ ਰੱਖਿਓ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਨਾ, ਵੀ ਤੁਹਾਨੂੰ ਕਹੀ ਜਿਹੀ ਜ਼ਿੰਦਗੀ ਚਾਹੀਦੀ ਆ, ਵੀ ਆਹੀ ਜ਼ਿੰਦਗੀ ਚਾਹੀਦੀ ਆ ਜਾਂ ਕੁਛ ਬਦਲਣਾ, ਵੀ ਨੋਰਮਲ ਜੀ ਜ਼ਿੰਦਗੀ ਕੱਟਣੀ ਆ ਜਾਂ ਆਪਣਾ ਬੈਸਟ ਵਰਜ਼ਨ ਬਣਨਾ। ਬੈਸਟ ਜ਼ਿੰਦਗੀ ਚਾਹੀਦੀ ਆ, ਵਧੀਆ ਪੈਸਾ ਚਾਹੀਦਾ, ਵਧੀਆ ਕਾਰੋਬਾਰ ਬਣਾਉਣਾ, ਵਧੀਆ ਬੋਡੀ ਬਣਾਉਣੀ ਹੈ, ਕੀ ਤੁਹਾਨੂੰ ਚਾਹੀਦਾ। ਹਰ ਡਿਸੀਜਨ ਲੈਣ ਤੋਂ ਪਹਿਲਾਂ ਇੱਕ ਸੋਚਿਓ ਜ਼ਰੂਰ ਵੀ ਯਾਰ ਮੇਰੇ ਡਿਸੀਜਨ ਦਾ ਮੇਰੀ ਜ਼ਿੰਦਗੀ 'ਤੇ ਕੀ ਅਸਰ ਪਊਗਾ, ਕੀ ਨਤੀਜਾ ਹੋਊਗਾ। ਜਿਵੇਂ ਹੁਣ ਆਪਾਂ ਖੇਤੀ ਖੁਤੀ ਕਰਦੇ ਹਾਂ, ਠੀਕ ਆ, ਡੇਅਰੀ ਫਾਰਮ ਚਲਾਉਂਦੇ ਹਾਂ, ਹੋਰ ਕਰਦੇ ਹਾਂ, ਹੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਨਾ ਵੀ ਆਪਾਂ ਆੜ੍ਹਤੀ ਕੋਲ ਨਾ ਜਾਈਏ, ਠੀਕ ਆ, ਖੇਤੀ ਆਪਾਂ ਆਪਣੇ ਪੈਸੇ ਨਾਲ ਕਰੀਏ, ਕੈਸ਼ ਕਰੀਏ। ਬਹੁਤ ਔਖਾ ਕੰਮ ਆ, ਠੀਕ ਆ। ਇਕੱਲੇ ਇਕੱਲੇ ਰੁਪਏ ਨੂੰ ਆਏ ਹੁੰਦਾ ਵੀ ਯਾਰ ਇਹਦੇ ਨਾਲ ਇਹ ਕਰਨਾ, ਇਹਦੇ ਨਾਲ ਇਹ ਕਰਨਾ, ਇਹ ਕਰਨਾ, ਸਾਰੇ ਮਤਲਬ ਵੀ ਸ਼ੌਂਕ ਸ਼ੌਂਕ ਜਿਹੇ ਮਾਰੇ ਹੋਏ ਨੇ, ਹੋਰ ਕਿਤੇ ਹੋਏ ਨੇ, ਕਿਉਂਕਿ ਜ਼ਿੰਦਗੀ ਚੇਂਜ ਕਰਨੀ ਆ, ਠੀਕ ਆ। ਉਹ ਆੜ੍ਹਤੀ ਵਾਲਾ ਸਰਕਲ ਨਹੀਂ ਚਾਹੀਦਾ ਹੈਗਾ ਸਾਰੀ ਉਮਰ ਵਾਸਤੇ। ਜੇ ਆਪਾਂ 2-4 ਸਾਲ ਔਖੇ ਹੋ ਕੇ ਕੱਟ ਲਾਂਗੇ, ਠੀਕ ਆ, ਉਹ ਸਰਕਲ ਟੁੱਟ ਜੂਗਾ, ਆੜ੍ਹਤੀ 'ਤੇ ਜਿਹੜੀ ਆਪਣੀ ਡਿਪੈਂਡੈਂਸੀ ਆ ਉਹ ਖਤਮ ਹੋ ਜੂਗੀ। ਬਟ ਉਹਦੇ ਲਈ ਇਹ ਔਖਾ ਡਿਸੀਜਨ ਲੈਣਾ ਪੈਣਾ, ਠੀਕ ਆ। ਜ਼ਿੰਦਗੀ ਥੋੜ੍ਹੀ ਜਿਹੀ ਔਖੀ ਕਰਨੀ ਪੈਣੀ 2-4 ਸਾਲ, ਤਾਂ ਜੇ ਜ਼ਿੰਦਗੀ ਬਦਲਣੀ ਆ ਨਾ, ਜੇ ਕੁਛ ਜ਼ਿੰਦਗੀ 'ਚ ਬਦਲਣਾ, ਔਖਾ ਹੋਊਗਾ ਯਾਰ, ਬਹੁਤ ਔਖਾ ਹੋਊਗਾ। ਬਟ ਉਹੀ ਆ ਨਾ ਵੀ ਤੁਹਾਨੂੰ ਸਾਰੀ ਉਮਰ ਨੋਰਮਲ ਜੀ ਜ਼ਿੰਦਗੀ ਚਾਹੀਦੀ ਆ, ਜਾਂ 2-4 ਸਾਲ ਔਖੇ ਹੋ ਕੇ, 5-10 ਸਾਲ ਔਖੇ ਹੋ ਕੇ ਬਾਕੀ ਦੀ ਜ਼ਿੰਦਗੀ ਘੈਂਟ ਚਾਹੀਦੀ ਆ, ਵਧੀਆ ਚਾਹੀਦੀ ਆ। ਹੁਣ ਜੇ ਮੈਂ ਸ਼ੀਸ਼ੇ 'ਚ ਖੜ੍ਹ ਕੇ ਨਾ ਆਪਣੀ ਬੋਡੀ ਨੂੰ ਦੇਖਾਂ, ਐਟ ਏ ਟਾਈਮ ਮੈਨੂੰ ਇੰਨੀ ਵਧੀਆ ਨਹੀਂ ਲੱਗਦੀ ਹੈਗੀ, ਕਿਉਂਕਿ ਥੋੜ੍ਹਾ ਢਿੱਡ ਨਿਕਲਿਆ ਹੋਇਆ, ਠੀਕ ਆ, ਐਬਸ ਉਬਸ ਨਹੀਂ ਦਿਖਦੇ ਹੈਗੇ। ਮੈਂ ਉਹ ਸ਼ੀਸ਼ੇ 'ਚ ਜਿਹੜੀ ਇਮੇਜ ਆ ਨਾ ਉਹਨੂੰ ਚੇਂਜ ਕਰਨਾ ਚਾਹੁੰਦਾ, ਜਿਹੜੀ ਰਿਫਲੈਕਸ਼ਨ ਆ ਰਹੀ ਹੈ ਨਾ ਵੀ ਪ੍ਰੋਪਰ ਐਬਸ ਆਣ, ਪ੍ਰੋਪਰ ਬੋਡੀ ਹੋਵੇ, ਘੈਂਟ ਜੀ ਹੋਵੇ। ਬਟ ਉਹ ਸੁਪਨਾ ਦੇਖਣਾ ਬਹੁਤ ਈਜ਼ੀ ਆ, ਠੀਕ ਆ, ਬਟ ਉਹ ਜਿਹੜੀ ਬੋਡੀ ਆ ਨਾ ਉਹਨੂੰ ਚੇਂਜ ਕਰਨਾ ਬਹੁਤ ਔਖਾ, ਉਹਦੇ ਲਈ ਬਹੁਤ ਹਾਰਡ ਡਿਸੀਜਨ ਲੈਣੇ ਪੈਂਦੇ ਨੇ, ਕੰਟਰੋਲ ਬਹੁਤ ਕਰਨਾ ਪੈਂਦਾ ਆਪਣੇ ਆਪ 'ਤੇ, ਠੀਕ ਆ। ਜਿੱਦਣ ਆਪਾਂ ਮਤਲਬ ਵੀ ਥੋੜ੍ਹੇ ਜਿਹੇ ਔਖੇ ਡਿਸੀਜਨ ਲੈਣ ਲੱਗ ਗਏ ਨਾ ਜ਼ਿੰਦਗੀ 'ਚ, ਉਦਣ ਜ਼ਿੰਦਗੀ ਚੇਂਜ ਹੋਣ ਲੱਗ ਜੂਗੀ। ਅਤੇ ਇੱਕ ਚੀਜ਼ ਨਾ ਹਮੇਸ਼ਾ ਨੋਟ ਕਰਿਓ, ਤੁਸੀਂ ਜਦ ਇੱਕ ਵਾਰ ਫਲੋਅ 'ਚ ਆ ਗਏ ਨਾ, ਜਦ ਇੱਕ ਵਾਰ ਗੱਡੀ ਤੁਰ ਪਈ, ਉਹਨੂੰ ਤੁਰਦੇ ਰੱਖਣਾ ਬਹੁਤ ਸੌਖਾ। ਜਦ ਗੱਡੀ ਤੁਸੀਂ ਤੁਰਦੀ ਤੁਰਦੀ ਇੱਕਦਮ ਰੋਕ ਲੈਂਦੇ ਹੋ, ਫਿਰ ਉਹਨੂੰ ਦੁਬਾਰਾ ਤੋਂ ਤੁਰਨਾ ਬਹੁਤ ਔਖਾ ਕੰਮ ਆ। ਹੁਣ ਜਿਵੇਂ ਡਾਇਟ ਦੀ ਗੱਲ ਕਰਦੇ ਆ, ਜੇ ਮੈਂ ਡਾਇਟ ਕਰੀ ਜਾਵਾਂ ਨਾ ਮੈਨੂੰ ਨੋਰਮਲ ਲੱਗਣ ਲੱਗ ਜੂਗਾ ਇਹ ਚੀਜ਼ਾਂ, ਠੀਕ ਆ, ਵੀ ਮਿੱਠੇ ਨੂੰ ਨਾ ਕਹਿਣੀ, ਫਾਸਟ ਫੂਡ ਨੂੰ ਨਾ ਕਹਿਣੀ, ਐਕਸਰਸਾਈਜ਼ ਕਰਨੀ, ਨੋਰਮਲ ਚੀਜ਼ਾਂ ਨੇ। ਜੇ ਮੈਂ ਵਿੱਚ ਇੱਕ ਦਿਨ ਵੀ ਮਾੜੀ ਜਿਹੀ ਵੀ ਡਾਇਟ ਤੋੜਦਾ ਨਾ, ਮੈਂ ਉਦਣ ਬਹੁਤ ਕੁਛ ਖਾ ਜੂੰਗਾ, ਠੀਕ ਆ, ਕਿਉਂਕਿ ਐਂ ਹੁੰਦਾ ਹੁਣ ਤਾਂ ਟੁੱਟ ਗਈ, ਹੁਣ ਤਾਂ ਗਈ। ਅਤੇ ਫਿਰ ਮੈਨੂੰ 3-4 ਦਿਨ ਲੱਗ ਜਾਣਗੇ ਵਾਪਸ ਡਾਇਟ 'ਤੇ ਆਉਣ ਨੂੰ, ਅਤੇ ਵਾਪਸ ਨੋਰਮਲ ਉਹ ਚੀਜ਼ ਨੂੰ ਬਣਾਉਣ ਨੂੰ, ਫਲੋਅ ਟੁੱਟ ਜਾਂਦਾ। ਜੇ ਤੁਸੀਂ ਜ਼ਿੰਦਗੀ ਬਦਲਣੀ ਆ ਨਾ, ਮਨ ਜੇ ਮਾਰ ਕੇ 8-10 ਦਿਨ, ਮੈਕਸੀਮਮ 15 ਦਿਨ ਮਨ ਜੇ ਮਾਰ ਕੇ ਕੰਮ ਕਰਨ ਲੱਗ ਜਾਓ, ਆਪਣਾ ਇੱਕ ਵਾਰ ਫਲੋਅ ਬਣਾ ਲਓ,
ਜਦ ਇੱਕ ਵਾਰ ਤੁਹਾਡਾ ਫਲੋ ਬਣ ਗਿਆ ਨਾ ਉਹ ਫਲੋ ਨੂੰ ਟੁੱਟਣ ਨਾ ਦਿਓ। ਹੁਣ ਮੈਂ ਵੀਡੀਓਜ਼ ਬਣਾਉਂਦਾ, ਠੀਕ ਆ, ਯੂਟਿਊਬ ਦੀ ਵੀਡੀਓ ਬਣਾਉਂਦਾ, ਇੰਸਟਾਗ੍ਰਾਮ ਦੀ ਵੀਡੀਓ ਬਣਾਉਂਦਾ, ਡੇਲੀ ਫਾਰਮ ਦਾ ਕੰਮ ਦੇਖਦਾ, ਐਕਸਰਸਾਈਜ਼ ਕਰਦਾ, ਡਾਇਟ ਕਰਦਾ, ਸਾਰੀਆਂ ਔਖੀਆਂ ਚੀਜ਼ਾਂ ਕਰ ਰਿਹਾ, ਬਟ ਹੁਣ ਮੇਰਾ ਫਲੋ ਬਣਿਆ ਹੋਇਆ। ਮੈਂ ਰੋਜ਼ ਤਾਂ ਹੀ ਯੂਟਿਊਬ 'ਤੇ ਵੀਡੀਓ ਪਾਉਂਦਾ ਤਾਂ ਕਿ ਮੈਨੂੰ ਆਦਤ ਬਣੀ ਰਹੇ, ਠੀਕ ਆ, ਤਾਂ ਹੀ ਮੈਂ ਇੰਸਟਾਗ੍ਰਾਮ 'ਤੇ ਰੋਜ਼ ਪਾਉਂਦਾ ਤਾਂ ਕਿ ਮੈਨੂੰ ਆਦਤ ਬਣੀ ਰਹੇ, ਫਲੋ ਚੱਲ ਰਿਹਾ। ਜਿੱਦਣ ਮੇਰਾ ਫਲੋ ਟੁੱਟ ਗਿਆ ਨਾ, ਜਿੱਦਣ ਮੈਨੂੰ ਇਹ ਆਦਤ ਪੈ ਗਈ ਵੀ ਯਾਰ ਅੱਜ ਨਹੀਂ ਭਾਈ ਕੋਈ ਚੱਕਰ ਨਹੀਂ, ਕਿੱਡੀ ਕੁ ਗੱਲ ਆ, ਕੱਲ੍ਹ ਨੂੰ ਫਿਰ ਜੀ ਕਰੂਗਾ, ਵੀ ਯਾਰ ਅੱਜ ਫਿਰ ਰਹਿਣ ਦੀ ਹੈ, ਅਗਲੇ ਦਿਨ ਫਿਰ ਜੀ ਕਰੂਗਾ, ਫਲੋ ਟੁੱਟ ਜਾਣਾ। ਵਾਪਸ ਫਲੋ 'ਚ ਆਉਣ 'ਚ ਬਹੁਤ ਟਾਈਮ ਲੱਗ ਜਾਂਦਾ, ਠੀਕ ਆ। ਤਾਂ ਇੱਕ ਵਾਰ ਤੁਹਾਡਾ ਫਲੋ ਫੜ ਲਿਆ ਨਾ, ਉਹ ਫਲੋ ਨੂੰ ਟੁੱਟਣ ਨਾ ਦਿਓ, ਜ਼ਿੰਦਗੀ ਹੋ ਜੂਗੀ ਚੇਂਜ। ਜ਼ਿੰਦਗੀ ਚੇਂਜ ਕਰਨ ਵਾਸਤੇ ਨਾ ਸਿੰਪਲ ਜਿਹੀ ਚੀਜ਼ਾਂ ਕਰਨੀਆਂ ਪੈਂਦੀਆਂ ਨੇ, ਬਟ ਉਹ ਸਿੰਪਲ ਜਿਹੀ ਚੀਜ਼ਾਂ ਬਹੁਤ ਔਖੀਆਂ ਨੇ, ਠੀਕ ਆ। ਜੇ ਨੌਲੇਜਬਲ ਬਣਨਾ ਤਾਂ ਪੜ੍ਹੋ, ਠੀਕ ਆ, ਸਿੰਪਲ ਜਿਹੀ ਚੀਜ਼ ਆ, ਬਟ ਪੜ੍ਹਨਾ ਬਹੁਤ ਔਖਾ ਲੱਗਦਾ, ਮੂਵੀ ਦੇਖਣੀ ਬਹੁਤ ਸੌਖੀ ਲੱਗਦੀ ਆ, ਮੈਨੂੰ ਵੀ ਲੱਗਦੀ ਆ, ਠੀਕ ਆ, ਮੈਂ ਕੋਈ ਡਿਫਰੈਂਟ ਨਹੀਂ ਹੈਗਾ, ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੇਰੇ ਵਾਸਤੇ ਵੀ ਉਨੀ ਹਾਰਡ ਚੋਇਸਿਸ ਨੇ ਜਿੰਨੇ ਤੁਹਾਡੇ ਵਾਸਤੇ ਨੇ, ਬਟ ਜੇ ਤਾਂ ਉਹ ਸੁਪਨਾ ਚਾਹੀਦਾ ਪੂਰਾ ਹੋਣਾ, ਫਿਰ ਤਾਂ ਔਖੇ ਡਿਸੀਜਨ ਲੈਣੇ ਪੈਣੇ ਨੇ। ਜੇ ਸੁਪਨਾ ਨਹੀਂ ਚਾਹੀਦਾ ਹੈਗਾ, ਫਿਰ ਜੋ ਮਰਜ਼ੀ ਕਰੀ ਜਾਓ, ਬਟ ਇਹ ਨਹੀਂ ਹੋ ਸਕਦਾ ਨਾ ਵੀ ਆਪਾਂ ਸੁਪਨਾ ਵੀ ਦੇਖੀ ਜਾਈਏ ਅਤੇ ਈਜ਼ੀ ਚੋਇਸਿਸ ਵੀ ਲਈ ਜਾਈਏ, ਫਿਰ ਤਾਂ ਜ਼ਿੰਦਗੀ ਕਿਤੇ ਨਹੀਂ ਜਾਣੀ ਹੈਗੀ, ਕੁਛ ਨਹੀਂ ਬਦਲਣਾ ਹੈਗਾ, ਜਿਵੇਂ ਚੱਲ ਰਹੀ ਆ ਉਵੇਂ ਚੱਲੀ ਜਾਊਗੀ। ਤੁਸੀਂ ਆਪ ਸੋਚ ਕੇ ਵੀ ਦੇਖਿਓ, ਅੱਜ ਅਜਿਹੀ ਜੀ ਤੁਹਾਡੀ ਜ਼ਿੰਦਗੀ ਆ, ਤੁਸੀਂ ਆਪਣੀ ਬੈਸਟ ਸ਼ੇਪ 'ਚ ਹੈਗੇ ਹੋ, ਤੁਹਾਡੀ ਇਹ ਬੈਸਟ ਲਾਈਫ ਆ, ਵੀ ਤੁਸੀਂ ਇਹੋ ਜਿਹੀ ਉਹ ਰਹਿਣਾ ਚਾਹੁੰਦੇ ਹੋ, ਮਤਲਬ ਵੀ ਸਾਰੀ ਉਮਰ ਆਹੀ ਲਾਈਫ ਜੀਣੀ ਚਾਹੁੰਦੇ ਹੋ ਸਾਰਾ ਉਮਰ, ਜਾਂ ਤੁਹਾਡੀ ਡਰੀਮ ਲਾਈਫ ਕੀ ਆ, ਠੀਕ ਆ, ਤੁਹਾਨੂੰ ਕਿਹੋ ਜਿਹਾ ਘਰ ਚਾਹੀਦਾ, ਤੁਹਾਨੂੰ ਕਿੰਨਾ ਕੁ ਪੈਸਾ ਚਾਹੀਦਾ, ਤੁਹਾਨੂੰ ਕਿਹੋ ਜਿਹੀ ਬਾਡੀ ਚਾਹੀਦੀ ਆ, ਤੁਸੀਂ ਕਿੰਨੇ ਕੁ ਖੁਸ਼ ਹੋਣੇ ਚਾਹੀਦੇ ਹੋ, ਤੁਸੀਂ ਫੈਮਿਲੀ ਨਾਲ ਕਿੰਨਾ ਦਾ ਟਾਈਮ ਸਪੈਂਡ ਕਰੋ, ਫੈਮਿਲੀ ਨੂੰ ਖੁਸ਼ ਰੱਖਣ ਵਾਸਤੇ ਕਿੰਨਾ ਕੁ ਪੈਸਾ ਚਾਹੀਦਾ, ਉਹ ਨੋਟ ਕਰਕੇ ਦੇਖਿਓ। ਜੇ ਤਾਂ ਉੱਥੇ ਪਹੁੰਚਣਾ ਤਾਂ ਔਖੇ ਡਿਸੀਜਨ ਲੈਣੇ ਪੈਣੇ ਨੇ, ਜੇ ਉੱਥੇ ਨਹੀਂ ਪਹੁੰਚਣਾ ਹੈਗਾ ਫਿਰ ਅੱਜ ਦੀ ਜ਼ਿੰਦਗੀ ਨਾਲ ਪਿਆਰ ਕਰ ਲਓ। ਜੇ ਅੱਜ ਦੀ ਜ਼ਿੰਦਗੀ ਨਾਲ ਵੀ ਪਿਆਰ ਹੈ ਨਹੀਂ ਗਾ, ਜ਼ਿੰਦਗੀ ਚੇਂਜ ਕਰਨੀ ਆ, ਬਟ ਉੱਥੇ ਪਹੁੰਚਣ ਵਾਸਤੇ ਸਟੈਪ ਵੀ ਨਹੀਂ ਲੈਣੇ ਹੈਗੇ, ਫਿਰ ਸਾਰੀ ਉਮਰ ਦੁਖੀ ਰਹਾਂਗੇ। ਜੇ ਮੈਂ ਹੁਣ ਇੱਥੇ ਖੜਾਂ, ਠੀਕ ਆ, ਮੈਂ ਉਹ ਅੱਗੇ ਪਹੁੰਚਣਾ, ਤੁਰ ਕੇ ਜਾਣਾ ਪੈਣਾ, ਹੁਣ ਮੈਂ ਇੱਥੇ ਖੜਾ ਖੁਸ਼ ਨਹੀਂ ਹੈਗਾ, ਬਟ ਉੱਥੇ ਪਹੁੰਚਣ ਵਾਸਤੇ ਮੈਂ ਤੁਰ ਨਹੀਂ ਰਿਹਾ ਹੈਗਾ, ਫਿਰ ਤਾਂ ਮੈਂ ਸਾਰੀ ਜ਼ਿੰਦਗੀ ਦੁਖੀ ਰਹੂੰਗਾ, ਉਹ ਚੀਜ਼ ਗਲਤ ਆ ਨਾ। ਹੁਣ ਮੈਂ ਇੱਕ ਸਟੈਪ ਲਵਾਂ, ਦੂਜਾ ਲਵਾਂ, ਤੀਜਾ ਲਵਾਂ, ਚੌਥਾ ਲਵਾਂ, ਕਰਦੇ ਕਰਦੇ ਮੈਂ ਆਪਣੇ ਗੋਲ ਤੱਕ ਪਹੁੰਚ ਜੂੰਗਾ। ਛੋਟੇ ਛੋਟੇ ਸਟੈਪ ਲੈਂਦੇ ਚਲੇ ਜਾਓ, ਥੋੜ੍ਹੀ ਥੋੜ੍ਹੀ ਜ਼ਿੰਦਗੀ ਚੇਂਜ ਕਰਦੇ ਚਲੇ ਜਾਓ, ਹੋ ਜੂਗਾ, ਬਟ ਔਖੇ ਡਿਸੀਜਨ ਲੈਣੇ ਪੈਂਦੇ ਨੇ। ਨੋਰਮਲ ਹਰ ਬੰਦਾ ਨੋਰਮਲ ਆ, ਠੀਕ ਆ ਨਾ, ਰੇਅਰ ਖਾਸ ਬਣਨਾ ਔਖਾ, ਜੇ ਇੰਨਾ ਸੌਖਾ ਹੁੰਦਾ ਹਰ ਕੋਈ ਕਰ ਲੈਂਦਾ, ਇੰਨਾ ਸੌਖਾ ਹੈ ਨਹੀਂ ਗਾ। ਹੁਣ ਉਹ ਤੁਹਾਡੇ ਡਿਸਿਪਲਿਨ 'ਤੇ ਡਿਪੈਂਡ ਕਰਦਾ, ਤੁਹਾਡੇ ਉੱਤੇ ਡਿਪੈਂਡ ਕਰਦਾ, ਤੁਸੀਂ ਕਿੰਨੇ ਕੁ ਤਕੜੇ ਹੋ, ਠੀਕ ਆ, ਮੈਂਟਲੀ, ਮਤਲਬ ਵੀ ਤੁਹਾਡਾ ਮਾਇੰਡਸੈਟ ਕਿੰਨਾ ਕੁ ਤਕੜਾ, ਵੀ ਤੁਸੀਂ ਆਪਣੀ ਜ਼ਿੰਦਗੀ ਦੁਨੀਆ ਨਾਲੋਂ ਵੱਖ ਬਣਾਉਣ ਦੀ ਹਿੰਮਤ ਰੱਖਦੇ ਹੋ, ਤੁਹਾਡੇ 'ਚ ਹੈਗਾ ਇੰਨਾ ਕੁ ਦਮ ਵੀ ਤੁਸੀਂ ਈਜ਼ੀ ਚੋਇਸਿਸ ਨੂੰ ਨਾ ਕਹਿ ਕੇ ਔਖੀ ਚੋਇਸਿਸ ਨੂੰ ਅਪਣਾਓ। ਫੋਨ 'ਤੇ ਲੱਗੇ ਰਹਿਣਾ ਬਹੁਤ ਈਜ਼ੀ ਆ, ਮੈਂ ਫੋਨ 'ਤੇ ਬਹੁਤ ਟਾਈਮ ਗਾਲਦਾ, ਠੀਕ ਆ ਨਾ, ਇੰਸਟਾਗ੍ਰਾਮ 'ਤੇ, ਹੋਰ 'ਤੇ, ਮੇਰਾ ਜੀ ਕਰਦਾ ਮੈਨੂੰ ਧਰਦਾ ਸਾਈਡ 'ਤੇ, ਬਟ ਮੈਨੂੰ ਕਈ ਵਾਰ ਨਹੀਂ ਧਰਿਆ ਜਾਂਦਾ ਹੈਗਾ। ਇੱਕ ਤਾਂ ਯਾਰ ਮੇਰੇ ਕੰਮ ਹੋ ਗਿਆ, ਇੰਸਟਾਗ੍ਰਾਮ 'ਤੇ ਹੋ ਗਿਆ, ਯੂਟਿਊਬ 'ਤੇ ਹੋ ਗਿਆ, ਉਹਦੇ ਕਰਕੇ ਮੈਂ ਡਿਲੀਟ ਨਹੀਂ ਕਰ ਸਕਦਾ ਹੈਗਾ। ਜੇ ਮੇਰਾ ਬਸ ਚੱਲਦਾ ਨਾ, ਮੈਂ ਦੋਨੋਂ ਚੀਜ਼ਾਂ ਡਿਲੀਟ ਕਰਕੇ ਫੋਨ ਸਾਈਡ 'ਤੇ ਰੱਖ ਕੇ ਆਪਣੀ ਜ਼ਿੰਦਗੀ 'ਤੇ ਐਨ ਪੂਰਾ ਫੋਕਸ ਕਰਦਾ, ਬਟ ਹੁਣ ਉਹ ਕੰਮ ਕਰਕੇ ਥੋੜ੍ਹਾ ਜ਼ਿਆਦਾ ਟਾਈਮ ਹੋਰ ਸਪੈਂਡ ਹੁੰਦਾ, ਬਹੁਤ ਕੋਸ਼ਿਸ਼ ਕਰਦਾ, ਬਹੁਤ ਔਖਾ ਡਿਸੀਜਨ ਆ, ਕਈ ਵਾਰ ਲੈ ਹੋ ਜਾਂਦਾ, ਕਈ ਵਾਰ ਨਹੀਂ ਲਿੱਤਾ ਜਾਂਦਾ ਹੈਗਾ, ਬਟ ਜੇ ਜ਼ਿੰਦਗੀ ਮੈਨੂੰ ਚੇਂਜ ਕਰਨੀ ਆ ਤਾਂ ਇਹ ਔਖੇ ਡਿਸੀਜਨ ਲੈਣੇ ਪੈਣੇ ਨੇ, ਇੰਨੀ ਸੌਖੀ ਨਹੀਂ ਹੈਗੀ ਜ਼ਿੰਦਗੀ ਚੇਂਜ ਕਰਨੀ। ਆਲੇ ਦੁਆਲੇ ਦੇਖਿਆ ਕਰੋ ਯਾਰ, ਕੋਈ ਤੁਹਾਡੀ ਨਿਗਾਹ 'ਚ ਐਸਾ ਬੰਦਾ ਹੈਗਾ ਜਿਹਦੀ ਜ਼ਿੰਦਗੀ ਬਹੁਤ ਘੈਂਟ ਆ, ਜੇ ਹੈਗਾ ਤਾਂ ਉਹ ਕੀ ਸਪੈਸ਼ਲ ਕਰ ਰਿਹਾ ਜ਼ਿੰਦਗੀ 'ਚ, ਕੀ ਡਿਸੀਜਨ ਲੈ ਰਿਹਾ, ਕਿਵੇਂ ਜੀ ਰਿਹਾ, ਕਿਵੇਂ ਉਹਨੇ ਉੱਥੇ ਤੱਕ ਪਹੁੰਚਿਆ ਜਿੱਥੇ ਤੱਕ ਉਹ ਪਹੁੰਚਿਆ। ਤਾਂ ਹੀ ਮੈਂ ਕਹਿੰਦਾ ਬੁੱਕਸ ਬਹੁਤ ਪੜ੍ਹਿਆ ਕਰੋ ਯਾਰ, ਬੁੱਕਸ ਪੜ੍ਹ ਕੇ ਪਤਾ ਲੱਗਦਾ ਵੀ ਯਾਰ ਇੰਨਾ ਸੌਖਾ ਨਹੀਂ ਹੈਗਾ ਚੇਂਜ ਕਰਨਾ ਨਾ। ਹਰ ਬੰਦੇ ਦੀ ਲਾਈਫ ਬਹੁਤ ਡਿਫੀਕਲਟ ਹੁੰਦੀ ਆ, ਹਰ ਬੰਦੇ ਦੀ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ, ਬਟ ਉਹ ਪ੍ਰੋਬਲਮਸ 'ਚੋਂ ਜਿਹੜਾ ਨਿਕਲ ਕੇ ਕੁਛ ਕਰ ਗਿਆ ਉਹ ਕਰ ਗਿਆ, ਜਿਹੜਾ ਰਹਿ ਗਿਆ ਉਹ ਨੋਰਮਲ ਜ਼ਿੰਦਗੀ ਜੀਊਗਾ, ਠੀਕ ਆ। ਜ਼ਿੰਦਗੀ ਚੇਂਜ ਹੋ ਸਕਦੀ ਆ, ਬਹੁਤ ਆਰਾਮ ਨਾਲ, ਬਹੁਤ ਸਿੰਪਲ ਤਰੀਕੇ ਨਾਲ ਚੇਂਜ ਕਰ ਸਕਦੇ ਹੋ ਆਪਣਾ ਜ਼ਿੰਦਗੀ, ਬਟ ਉਹ ਸਿੰਪਲ ਆ, ਸੌਖਾ ਨਹੀਂ ਹੈਗਾ ਤਰੀਕਾ। ਜੇ ਸੌਖਾ ਹੁੰਦਾ ਤਾਂ ਹਰ ਕੋਈ ਕਰ ਲੈਂਦਾ, ਇਹੀ ਗੱਲ ਆ, ਇਹੀ ਜ਼ਿੰਦਗੀ ਆ। ਇੱਕ ਵਾਰ ਆਏ ਹਾਂ, ਬੈਸਟ ਲਾਈਫ ਜੀ ਕੇ ਜਾਣੀ ਆ, ਬੈਸਟ ਜ਼ਿੰਦਗੀ ਬਣਾ ਕੇ ਜਾਣਾ ਇੱਥੋਂ, ਅਤੇ ਇੰਜੋਏ ਕਰਕੇ ਜਾਣਾ, ਨੋਰਮਲ ਜੀ ਨਹੀਂ ਚਾਹੀਦੀ ਹੈਗੀ ਜ਼ਿੰਦਗੀ। ਅਤੇ ਉਹਦੇ ਲਈ ਜਿਹੜੇ ਔਖੇ ਕੰਮ ਕਰਨੇ ਪੈਣੇ ਨੇ, ਮੈਂ ਤਿਆਰ ਆ ਕਰਨ ਵਾਸਤੇ, ਤੁਸੀਂ ਦੱਸੋ ਤਿਆਰ ਹੋ ਕਰਨ ਵਾਸਤੇ। ਹਰ ਚੀਜ਼, ਹਰ ਡਿਸੀਜਨ ਲਾਈਫ ਚੋਇਸਿਸ ਨੇ, ਹਰ ਚੀਜ਼ 'ਚ ਤੁਹਾਨੂੰ ਦੋ ਡਿਸੀਜਨ ਮਿਲਣਗੇ। ਤੁਹਾਡੇ ਸਾਹਮਣੇ ਫਾਸਟ ਫੂਡ ਆਊਗਾ, ਡਿਸੀਜਨ ਹੋਊਗਾ ਤੁਹਾਡਾ, ਖਾਵਾਂ ਨਾ ਖਾਵਾਂ,
ਕੋਕ ਆਊਗਾ, ਪੀਵਾਂ ਨਾ ਪੀਵਾਂ, ਮਿਠਾਈ ਆਊਗੀ, ਖਾਵਾਂ ਨਾ ਖਾਵਾਂ। ਜੇ ਤਾਂ ਘੈਂਟ ਬੋਡੀ ਚਾਹੀਦੀ ਹੈ ਨਾ, ਸਭ ਨੂੰ ਨਾ ਕਹਿਣਾ ਪੈਣਾ। ਜੇ ਨਹੀਂ ਚਾਹੀਦੀ ਹੈਗੀ ਫਿਰ ਜੋ ਮਰਜ਼ੀ ਕਰੀ ਜਾਓ, ਫਿਰ ਤਾਂ ਨੋਰਮਲ ਜਿਹੀ ਜ਼ਿੰਦਗੀ ਆ। ਤਾਂ ਹੀ ਕਹਿੰਦੇ ਨੇ ਨਾ ਬੋਡੀ ਬਿਲਡਿੰਗ, ਮਤਲਬ ਵੀ ਬੋਡੀ ਬਣਾਉਣਾ ਅਤੇ ਜ਼ਿੰਦਗੀ 'ਚ ਕਾਮਯਾਬ ਹੋਣਾ ਦੇ ਵਿੱਚ ਨਾ ਬਹੁਤ ਸਿਮਿਲੈਰਿਟੀਜ਼ ਨੇ। ਬਹੁਤ ਡਿਸਿਪਲਿਨ ਚਾਹੀਦਾ ਬੋਡੀ ਬਣਾਉਣ ਵਾਸਤੇ, ਅਤੇ ਬਹੁਤ ਡਿਸਿਪਲਿਨ ਚਾਹੀਦਾ ਜ਼ਿੰਦਗੀ ਵਧੀਆ ਕਰਨ ਵਾਸਤੇ। ਤੁਸੀਂ ਦੇਖ ਲਓ ਕਰਨੀ ਆ ਕਿ ਨਹੀਂ। ਤਾਂ ਹੀ ਆਪਣੀ ਅੱਜ ਦੀ ਵੀਡੀਓ ਸੀ ਵਧੀਆ ਲੱਗੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ, ਨਵੇਂ ਆਏ ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਜੀ ਵੀਡੀਓ ਦੇਖਣ ਵਾਸਤੇ। ਥੈਂਕ ਯੂ ਜੀ।